ਸਤ ਜਨਮਾ ਦਾ ਸਾਥ ਨਭਾਉਣ ਵਾਲੇ ਪਤੀ ਪਤਨੀ ਦਾ ਜਿਹੜਾ ਵਾਦਾ ਇੱਕੋ ਵੇਲੇ ਅੱਜ ਦੁਨੀਆ ਨੂੰ ਅਲਵਿਦਾ ਆ ਗਏ ਇਹ ਮਾਮਲਾ ਹਿਮਾਚਲ ਤੋਂ ਸਾਹਮਣੇ ਆਇਆ ਹੈ ਹਿਮਾਚਲ ਦੇ ਹਮੀਰਪੁਰ ਦੇ ਵਿੱਚ ਇੱਕ ਪਤਨੀ ਦੀ ਮੌਤ ਹੁੰਦੀ ਹੈ ਔਰ 5 ਮਿੰਟ ਬਾਅਦ ਪਤੀ ਵੀ ਦਮ ਤੋੜ ਦਿੰਦਾ ਹੈ ਤਾਂ ਬੇਹਦ ਕਿਹਾ ਜਾਵੇ ਤਾਂ ਇਹਨਾਂ ਦਾ ਰਿਸ਼ਤਾ ਇਕੱਠਾ ਜਿਹੜਾ ਪਿਆਰ ਪ੍ਰੇਮ ਦਾ ਰਿਸ਼ਤਾ ਹੈ ਇਸ ਦੀ ਜਿਹੜੀ ਤਾਰੀਫ ਹੈ ਪੂਰਾ ਪਿੰਡ ਕਰ ਰਿਹਾ ਹੈ ਤਾਸੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਰਾ ਮਾਮਲਾ ਦੱਸਦੇ ਚੱਲਦੇ ਹਾਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਹਮੇਰਪੁਰ ਤੋਂ ਇਹ ਮਾਮਲਾ ਆਇਆ ਪਤਨੀ ਦੀ ਮੌਤ ਦੇ ਕੁਝ ਹੀ ਦਿਨ ਬਾਅਦ ਪਤੀ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ ਜ਼ਿਲ੍ਹਾ ਹਮੇਰਪੁਰ ਦੇ ਨਾਦੋਨ ਉਪਮੰਡਲ ਦੇ ਪਿੰਡ ਕਲੂਰ ਦਾ ਰਹਿਣ ਵਾਲਾ ਇਹ ਜਿਹੜੇ ਆ ਜੋੜਾ ਸੀ ਇੱਕ ਹੀ ਦਿਨ 'ਚ ਦੋਨਾਂ ਦੀ ਮੌਤ ਹੋਈ ਹੈ ਪੂਰੇ ਪਿੰਡ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਜੀਨ ਮਰਨ ਦਾ ਵਾਅਦਾ ਜਿਹੜਾ ਇਹਨਾਂ ਦੋਨਾਂ ਨੇ ਕੀਤਾ ਸੀ ਔਰ ਬਹੁਤ ਹੀ ਇਹਨਾਂ 'ਚ ਪਿਆਰ ਪ੍ਰੇਮ ਸੀ ਔਰ ਤੁਹਾਨੂੰ ਦੱਸਦੇ ਚੱਲਦੇ ਹਾਂ ਪਤੀ ਨੇ ਆਪਣੇ ਬੱਚਿਆਂ ਨੂੰ ਪਹਿਲਾਂ ਹੀ ਬੁਲਾ ਲਿਆ ਸੀਗਾ ਉਹਨਾਂ ਦੀ ਆਪਣੀ ਛੋਟੀ ਬੇਟੀ ਨੂੰ ਜਿਹੜੀ ਉਹਨਾਂ ਦੇ ਸਸਰਾਲ ਹੈ ਉਹਨਾਂ ਨੂੰ ਬੁਲਾ ਲਿਆ ਆਪਣੇ بیٹے ਨੂੰ ਬੁਲਾ ਲਿਆ ਕਿਉਂਕਿ ਉਹਨਾਂ ਨੂੰ ਇਹ ਸਤਵਾਂ ਬਰਦਾਸ਼ਤ ਨਹੀਂ ਹੋਇਆ ਸਾਰਾ ਮਾਮਲਾ ਤੁਹਾਨੂੰ ਦੱਸਦੇ ਰਹਿੰਦੇ ਆ ਲੋਕਾਂ ਦਾ ਕਹਿਣਾ ਉਥੋਂ ਦੇਖ ਕੇ ਉਹਨਾਂ ਨੂੰ ਕੋਈ ਗੰਭੀਰ ਜਿਹੜੀ ਆ ਬਿਮਾਰੀ ਵੀ ਨਹੀਂ ਸੀਗੀ ਤਾਂ ਜਦੋਂ ਪਤਨੀ ਨੇ ਦਮ ਤੋੜਿਆ ਤਾਂ ਪਤਨੀ ਨੇ ਆਪਣੇ ਬੱਚੇ ਨੂੰ ਕਿਹਾ ਆਪਣੇ بیٹے ਨੂੰ ਕਿਹਾ ਕਿ ਆਪਣੀ ਮਾਤਾ ਜੀ ਨੂੰ ਹਿਲਾ ਕੇ ਦੇਖੋ ਮਾਤਾ ਜੀ ਉੱਠ ਨਹੀਂ ਰਹੇ ਜਦੋਂ ਪਤਾ ਲੱਗਦਾ ਹੈ ਪਤਨੀ ਨੇ ਦਮ ਤੋੜ ਦਿੱਤਾ ਹੈ ਔਰ ਇਸ ਸਦਮੇ ਦੇ ਵਿੱਚ ਪਤੀ ਨੇ ਵੀ 5 ਮਿੰਟਾਂ ਦੇ ਵਿੱਚ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ ਤਾਂ ਬੇहद ਸੋਗ ਦੀ ਲਹਿਰ ਆ ਪੂਰੇ ਪਿੰਡ ਦੇ ਵਿੱਚ ਇੱਥੇ ਤਾਰੀਫ਼ ਵੀ ਇਹਨਾਂ ਪਰਿਵਾਰਾਂ ਦੀ ਕੀਤੀ ਜਾ ਰਹੀ ਹੈ ਔਰ ਜੇਕਰ ਕਿਹਾ ਜਾਵੇ ਤਾਂ ਅਕਸਰ ਅਸੀਂ ਦੇਖਦੇ ਹਾਂ ਬੜਾਪੇ ਦੇ ਵਿੱਚ ਜਿਹੜਾ ਪਿਆਰ ਪ੍ਰੇਮ ਪਤੀ ਪਤਨੀ ਦੇ ਵਿੱਚ ਦੇਖਿਆ ਜਾਂਦਾ ਇੱਕ ਦੂਸਰੇ ਦਾ ਸਾਥ ਹੁੰਦਾ ਕਿਉਂਕਿ ਕਈ ਵਾਰ ਬਿਮਾਰੀਆਂ ਤੋਂ ਵੀ ਜੂਝਦਾ ਹੈ ਜੋੜਾ ਕਿਹਾ ਜਾਂਦਾ ਹੈ ਕਈ ਵਾਰ ਕਹਿ ਦਿੰਦੇ ਆ ਕਿ ਬਿਮਾਰੀਆਂ ਤੋਂ ਚੰਗਾ ਮੌਤ ਪਰ ਜਿਹੜਾ ਸਾਥ ਹੁੰਦਾ ਉਹ ਸਾਹਤ ਬੇहद ਅਹਿਮ ਹੁੰਦਾ ਤਾਂ ਬੱਚਿਆਂ ਨੂੰ ਪਹਿਲਾਂ ਬੁਲਾ ਲਿਆ ਗਿਆ ਪਤਾ ਸੀ ਕਿ ਇਹ ਸਦਮਾ برداشت ਉਹਨਾਂ ਤੋਂ ਨਹੀਂ ਹੋਵੇਗਾ ਪੂਰਾ ਪਿੰਡ ਉਹਨਾਂ ਦੀ ਤਾਰੀਫ ਕਰ ਰਿਹਾ ਪੂਰੇ ਪਿੰਡ ਦੀਆਂ ਅੱਖਾਂ ਨੰਮ ਨੇ ਬੇहद ਨਿੰਦ ਮੰਦ ਭਾਗੀ ਇਹ ਜਿਹੜੀ ਗੱਲ ਵਾਪਰੀ ਹੈ ਇਸ ਪਰਿਵਾਰ ਦੇ ਲਈ ਤਾਂ ਇੱਕੋ ਸਮੇਂ ਦੋਨਾਂ ਨੇ ਦਮ ਤੋੜਿਆ ਤਾਂ ਲੋਕ ਜਿਹੜੀ ਆ ਇਹਨਾਂ ਦੇ ਜੋੜੇ ਦੀ ਬੇਹਤ ਤਾਰੀਫ ਵੀ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਅਕਸਰ ਇਕੱਠੇ ਆਉਂਦੇ ਜਾਂਦੇ ਸੀਗੇ ਕੋਈ ਵੱਡੀ ਕੋਈ ਬਿਮਾਰੀ ਵੀ ਨਹੀਂ ਸੀ ਉਹਨਾਂ ਨੂੰ ਜਿਸ ਦੇ ਚਲਦਿਆਂ ਉਹਨਾਂ ਨੂੰ ਅ ਕਿਆ ਜਾਵੇ ਤਾਂ ਕੁਝ ਦਿਨ ਪਹਿਲਾਂ ਉਹਨਾਂ ਦੀ ਪਤਨੀ ਨੂੰ ਬੁਖਾਰ ਵੀ ਸੀ ਦੱਸਿਆ ਜਾ ਰਿਹਾ ਥੋੜੇ ਬਿਮਾਰ ਵੀ ਸੀਗੇ ਪਰ ਜਦੋਂ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਉਹ ਸਦਮਾ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਤਾਂ ਤੁਹਾਨੂੰ ਦੱਸਦੇ ਚੱਲਦੇ ਹਾਂ ਸਰੋਜ ਕੁਮਾਰੀ ਜਿਨ੍ਹਾਂ ਦੀ ਉਮਰ 68 ਸਾਲ ਦੱਸੀ ਜਾ ਰਹੀ ਹੈ ਔਰ ਉਹਨਾਂ ਦੇ ਪਤੀ ਦੀ ਉਮਰ 72 ਸਾਲ ਦੱਸੀ ਜਾ ਰਹੀ ਹੈ ਰਾਮ ਸਿੰਘ ਉਹਨਾਂ ਦਾ ਨਾਮ ਹੈ ਉਹਨਾਂ ਦੀ ਬੇਟੀ ਜਿਹੜੀ ਆ ਉਹ ਸਸਰਾਲ ਸੀ ਉਹਨਾਂ ਨੂੰ ਵੀ ਉਹਨਾਂ ਨੇ ਬੁਲਾ ਲਿਆ ਔਰ ਆਪਣੇ ਬੇਟੇ ਨੂੰ ਵੀ ਬੁਲਾ ਲਿਆ ਔਰ ਇਸ ਸੂਚਨਾ ਨੇ ਬੇहद ਹਰ ਕਿਸੇ ਨੂੰ ਹੈਰਾਨ ਕੀਤਾ ਹੈ ਪੂਰੇ ਪਿੰਡ ਦੇ ਵਿੱਚ ਤਾਂ ਤੁਹਾਨੂੰ ਦੱਸਦੇ ਚੱਲਦੇ ਹਾਂ ਇੱਕ ਰਾਤ ਪਹਿਲਾਂ ਸਾਰਿਆਂ ਨੇ ਇਕੱਠੇ ਬੈ ਕੇ ਰੋਟੀ ਖਾਧੀ ਸੀ ਸਵੇਰੇ ਨਾਸ਼ਤਾ ਵੀ ਕੀਤਾ ਔਰ ਅਚਾਨਕ ਜਿਹੜਾ ਇਹ ਹਾਚਾ ਵਾਪਰ ਜਾਂਦਾ ਹੈ ਇੱਕ ਤੇ ਬਾਅਦ ਦੂਸਰਾ ਜਿਹੜਾ ਘਰ ਦਾ ਸਦਸ્ય ਇਸ ਦੁਨੀਆ ਤੋਂ ਚਲੇ ਜਾਂਦਾ ਤਾਂ ਉਹਨਾਂ ਬੱਚਿਆਂ ਦੇ ਲਈ ਵੀ ਬੇहद ਮੰਦਪਗ ਹੈ ਜਿਨ੍ਹਾਂ ਦੇ ਸਿਰ ਤੋਂ ਮਾਪਿਓ ਦਾ ਸਾਯਾ ਇੱਕੋ ਸਮੇਂ ਉੱਠ ਗਿਆ ਕਿਉਂਕਿ ਇੱਕ ਤਰਫ ਮਾਤਾ ਜਿਹੜਾ ਮੌਤ ਦਾ ਸੀਗਾ ਸਦਮਾ ਉਹ ਹੀ ਬਰਦਾਸ਼ਤ ਨਹੀਂ ਹੋ ਰਿਹਾ ਸੀ ਪਰ 5 ਮਿੰਟ ਬਾਅਦ ਜਦੋਂ ਪਤੀ ਨੇ ਦੰਮ ਤੋੜ ਦਿੱਤਾ ਤਾਂ ਉਹ ਵੀ ਬੇहद ਸਦਮਾ ਭਰਾਂ ਮਾਹੌਲ ਉਸ ਵੇਲੇ ਉੱਥੇ ਬਣ ਜਾਂਦਾ ਹੈ ਸਾ तमाम ਦਰਸ਼ਕਾਂ ਤੱਕ ਅਸੀਂ ਜੋ ਇੱਕ ਮਿਸਾਲ ਜੇਕਰ ਕਿਆ ਜਾਵੇ ਪਿਆਰ ਪ੍ਰੇਮ ਦੀ ਅਕਸਰ ਦੱਸਿਆ ਜਾਂਦਾ ਹੈ ਕਿ ਪਿਆਰ ਇਨਾ ਗੂੜਾ ਹੁੰਦਾ ਹੈ ਕਿ ਜੀਨ ਮਰਨ ਦੇ ਲੋਕ ਵਾਅਦੇ ਕਰਦੇ ਨੇ ਪਰ ਉਹਨਾਂ ਵਾਅਦਿਆਂ ਤੇ ਖਰੇ ਨਹੀਂ ਉਤਰਦੇ ਪਰ ਇੱਥੇ ਅਜੀਹਾ ਵਾਅਦਾ ਸੱਚਾ ਹੋਇਆ ਕਿ ਸਦਮਾ برداشت ਨਹੀਂ ਹੋਇਆ ਤਾਂ ਦੁਨੀਆ ਤੋਂ ਰੁਖਸਤ ਹੋ ਗਏ ਤਾਂ ਬੇहद ਮੰਦ ਭਗਾ ਹਾਲਾਂਕਿ ਇੱਕ ਤੇ ਚਲੇ ਜਾਣ ਤੋਂ ਬਾਅਦ ਦੂਸਰਾ ਪਰਿਵਾਰ ਦਾ ਸਹਾਰਾ ਹੁੰਦਾ ਹੈ ਪਰ ਉਹ ਸਦਮਾ ਇਨਾ برداشت ਨਹੀਂ ਹੋਇਆ ਨਾ ਤੋ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਤਾਂ तमाम ਦਰਸ਼ਕਾਂ ਤੱਕ ਅਸੀਂ ਇੱਕ ਖਬਰ ਜਿਹੜੀ ਹੈ ਸਾਂਝੀ ਕਰ ਰਹੇ ਹਾਂ ਹਿਮਾਚਲ ਦੇ ਹਿਮੇਰਪੁਰ ਦੀ ਇੱਕ ਖਬਰ ਹੈ ਤਾਂ ਦੋਨਾਂ ਦੇ ਚਲੇ ਜਾਣ ਤੋਂ ਬਾਅਦ ਬੱਚਿਆਂ ਦੇ ਨਾਲ ਜੇਕਰ ਕਿਹਾ ਜਾਵੇ ਉਹਨਾਂ ਦੇ ਜਿਹੜੇ ਬੱਚੇ ਆ ਉਹ ਵਿਆਹ ਹੋਏ ਨੇ ਪਰ ਬੇहद ਵੱਡਾ ਸਦਮਾ ਨੂੰ ਲੱਗਿਆ ਕਿ ਉਹਨਾਂ ਦੇ ਪਰਿਵਾਰ ਦਾ ਜਿਹੜੇ ਵੱਡੇ ਸਦਸਯਾ ਜੀ ਦੋ ਸੀਗੇ ਉਹ ਚਲੇ ਗਏ